स्टार्ट ਇਸ ਪੱਤਰ ਸਹਿਤ ਬੋਰਡ ਦੇ ਸਾਰੇ ਸੰਬੰਧਿਤ ਦਫ਼ਤਰਾਂ ਨੂੰ ਲਿਖਿਆ ਜਾਂਦਾ ਹੈ ਕਿ ਉਹ ਇਸ ਗੱਲ ਦੀ ਤਸੱਲੀ ਕਰ ਲੈਣ ਕਿ ਉਕਤ ਸਮੇਂ ਨਾਲ ਸੰਬੰਧਿਤ ਉਹਨਾਂ ਦੇ ਪ੍ਰਸ਼ਾਸਨ ਦੇ ਸਾਰੇ ਮੈਟਰਿਕੁਲੇਟ ਦਰਜਾ 4 ਕਰਮਚਾਰੀਆਂ ਦੇ ਮੁਕੰਮਲ ਵੇਰਵੇ ਇਸ ਦਫ਼ਤਰ ਨੂੰ ਭੇਜ ਦਿੱਤੇ ਗਏ ਹਨ ਅਤੇ ਕੋਈ ਵੀ ਕਰਮਚਾਰੀ ਅਜਿਹਾ ਨਹੀਂ ਰਹਿ ਗਿਆ ਜਿਸ ਦੇ ਵੇਰਵੇ ਇਸ ਦਫ਼ਤਰ ਨੂੰ ਭੇਜਣੋ ਰਹਿੰਦੇ ਹੋਣ ਡੰਡੀ ਇੱਥੇ ਇਹ ਵੀ ਲਿਖਿਆ ਜਾਂਦਾ ਹੈ ਕਿ ਭਿੰਨ ਭਿੰਨ ਦਫ਼ਤਰਾਂ ਤੋਂ ਜਿਨ੍ਹਾਂ ਕਰਮਚਾਰੀਆਂ ਦੇ ਵੇਰਵੇ ਪ੍ਰਾਪਤ ਹੋਏ ਵੀ ਹਨ ਉਹ ਵੀ ਨਾਮੁਕੰਮਲ ਹਨ ਕਿਉਂਕਿ ਕਈ ਕਰਮਚਾਰੀਆਂ ਦੇ ਨਾਂ ਸੀਨੀਅਰਤਾ ਸੂਚੀਆਂ ਵਿੱਚ ਦਰਜ ਨਹੀਂ ਡੰਡੀ ਇਸ ਮੰਤਵ ਦੀ ਪੂਰਤੀ ਲਈ ਜਿਨ੍ਹਾਂ ਕਰਮਚਾਰੀਆਂ ਦੇ ਵੇਰਵੇ ਇਸ ਦਫ਼ਤਰ ਨੂੰ ਪ੍ਰਾਪਤ ਹੋਏ ਹਨ ਉਹਨਾਂ ਦੀ ਬਿਨਾਂ 'ਤੇ ਇੱਕ ਕੱਚੀ ਸੀਨੀਅਰਤਾ ਸੂਚੀ ਤਿਆਰ ਕਰਨ ਉਪਰੰਤ ਭੇਜੀ ਜਾਂਦੀ ਹੈ ਡੰਡੀ ਇਸ ਵਿੱਚ ਕੇਵਲ ਉਹ ਦਰਜਾ 4 ਕਰਮਚਾਰੀ ਹੀ ਦਰਜ ਕੀਤੇ ਗਏ ਹਨ ਜਿਹੜੇ ਕਿ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਉਕਤ ਸਮੇਂ ਤੋਂ ਪਹਿਲਾਂ ਰੈਗੂਲਰ ਤੌਰ 'ਤੇ ਭਰਤੀ ਹੋਏ ਸਨ ਡੰਡੀ ਇਸ ਲਈ ਇਸ ਪੱਤਰ ਸਹਿਤ ਫਿਰ ਲਿਖਿਆ ਜਾਂਦਾ ਹੈ ਕਿ ਇਸ ਸਮੇਂ ਨਾਲ ਸੰਬੰਧਿਤ ਜੇਕਰ ਕੋਈ ਕਰਮਚਾਰੀ ਆਪ ਜੀ ਦੇ ਅਧੀਨ ਕੰਮ ਕਰ ਰਿਹਾ ਹੈ ਤਾਂ ਉਸ ਤੋਂ ਇਹ ਸੂਚੀ ਨੋਟ ਕਰਵਾ ਲਈ ਜਾਵੇ ਅਤੇ ਜੇਕਰ ਵੇਰਵਿਆਂ ਵਿੱਚ ਕੋਈ ਅੰਤਰ ਹੋਵੇ ਤਾਂ ਇਸ ਦਫ਼ਤਰ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਡੰਡੀ ਇਸ ਤੋਂ ਇਲਾਵਾ ਪੱਤਰ ਵਿੱਚ ਇਹ ਵੀ ਤਸਦੀਕ ਕੀਤਾ ਜਾਵੇ ਕਿ ਆਪ ਦੇ ਅਧੀਨ ਕੰਮ ਕਰਦੇ ਕਿਸੇ ਵੀ ਕਰਮਚਾਰੀ ਦੇ ਵੇਰਵੇ ਸੂਚੀ ਵਿੱਚ ਦਰਜ ਹੋਣੋ ਨਹੀਂ ਰਹੇ ਹਨ ਡੰਡੀ ਇਸ ਤੋਂ ਬਾਅਦ ਜੇਕਰ ਕੋਈ ਕਰਮਚਾਰੀ ਕਿਸੇ ਤਰ੍ਹਾਂ ਦੀ ਅਣਗਹਿਲੀ ਕਾਰਨ ਸੂਚੀ ਵਿੱਚ ਦਰਜ ਹੋਣੋ ਰਹਿ ਗਿਆ ਤਾਂ ਉਹ ਹੇਠਲੀ ਸ਼੍ਰੇਣੀ ਕਲਰਕ ਦੀ ਤਰੱਕੀ ਤੋਂ ਵਾਂਝਾ ਰਹਿ ਸਕਦਾ ਹੈ ਜਿਸ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਦਫ਼ਤਰ ਦੀ ਹੋਵੇਗੀ ਡੰਡੀ ਕੁਝ ਦਰਜਾ 4 ਕਰਮਚਾਰੀ ਸਿੰਜਾਈ ਵਿਭਾਗ ਚੰਡੀਗੜ੍ਹ ਵੱਲੋਂ ਵੀ ਭਰਤੀ ਕੀਤੇ ਗਏ ਸਨ ਡੰਡੀ ਉਹਨਾਂ ਨੇ ਆਪਣੀ ਐਡਜਸਟਮੈਂਟ ਪੰਜਾਬ ਰਾਜ ਬਿਜਲੀ ਬੋਰਡ ਅਧੀਨ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਸਿਵਲ ਰਿਟ ਪਟੀਸ਼ਨ ਦਾਇਰ ਕੀਤੀ ਹੋਈ ਹੈ ਜਿਸ ਦਾ ਕਿ ਅਜੇ ਤੱਕ ਹਾਈਕੋਰਟ ਵੱਲੋਂ ਕੋਈ ਫੈਸਲਾ ਨਹੀਂ ਹੋਇਆ ਡੰਡੀ ਇਸ ਲਈ ਸੂਚੀ ਵਿੱਚ ਦਰਜ ਕਰਮਚਾਰੀਆਂ ਦੀਆਂ ਸੇਵਾ ਪੱਤਰੀਆਂ ਅਤੇ ਹੋਰ ਰਿਕਾਰਡ ਦੀ ਛਾਣਬੀਨ ਕਰਦੇ ਸਮੇਂ ਇਸ ਤੱਥ ਨੂੰ ਧਿਆਨ ਵਿੱਚ ਰੱਖਿਆ ਜਾਵੇ ਡੰਡੀ ਜੇਕਰ ਸਿੰਜਾਈ ਵਿਭਾਗ ਵੱਲੋਂ ਨਿਯੁਕਤ ਅਜਿਹਾ ਕੋਈ ਕਰਮਚਾਰੀ ਤੁਹਾਡੇ ਨੋਟਿਸ ਵਿੱਚ ਆਉਂਦਾ ਹੈ ਤਾਂ ਉਸ ਬਾਰੇ ਇਸ ਦਫ਼ਤਰ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਕਿਉਂਕਿ ਉਸ ਦੀ ਦਰਜਾ 4 ਕੈਟਾਗਰੀ ਤੋਂ ਹੇਠਲੀ ਸ਼੍ਰੇਣੀ ਕਲਰਕ ਦੀ ਤਰੱਕੀ ਹਾਈਕੋਰਟ ਦੇ ਫੈਸਲੇ ਅਨੁਸਾਰ ਹੀ ਕੀਤੀ ਜਾਣੀ ਚਾਹੀਦੀ ਹੈ ਡੰਡੀ ਬੇਨਤੀ ਹੈ ਕਿ ਇਸ ਕੇਸ ਨੂੰ ਪਹਿਲ ਦੇ ਆਧਾਰ 'ਤੇ ਨਿਪਟਾਉਣ ਲਈ ਤੁਰੰਤ ਉਪਰਾਲੇ ਕੀਤੇ ਜਾਣ ਡੰਡੀ